ਇਹ ਗੱਲ ਕਹੀ ਨਾ, ਮੇਰੀ ਗਰੰਟੀ ਦੇ ਇਹ ਲੈਣਾ ਉਹ ਰਹਿਣ ਦੇ। ਮੈਂ ਕਿਹਾ ਨਾ, ਮੈਂ ਪਿਛਲੇ ਸਾਲ ਵੇਚਿਆ, ਵਿਸ਼ਵਾਸ ਤੇ ਵੇਚਿਆ, ਮੇਰੇ ਕੋਲ ਵੇਚੋ ਸੀਗਾ। ਮੈਂ ਕਿਹਾ ਪੈਸਿਆਂ ਦਾ ਕੋਈ ਮਸਲਾ ਨਹੀਂ, ਮੈਂ ਕਿਹਾ ਜਿਹੜਾ ਵਧੀਆ ਉਹ ਦੇ ਦੇ ਟੋਪ। ਮੈਂ ਤੁਹਾਡੀ ਗੱਲ ਕੰਪਨੀ ਨਾਮ ਮੈਂ ਤੁਹਾਨੂੰ ਪਤਾ ਹੈ, ਮੈਂ ਲੈਣ ਲੱਗਾ ਸ਼੍ਰੀ ਨਾਮ ਬਹੁਤ ਬੜਾ ਵਧੀਆ ਕੰਪਨੀ ਦਾ। 10 ਰੁਪਏ ਵੱਧ ਕੀ ਨਾਲੇ ਸਾ। ਮੈਂ ਭਾਜੀ ਨੂੰ ਕਣਕ ਦਾ ਬੀਜ ਪਿਆ, ਮੈਂ ਇਹਨਾਂ ਨੂੰ ਕੀ ਕਿਹਾ ਸੀ ਆ ਕੇ 826 ਦੇ ਬੀਜ ਵੀ ਕੰਪਲੇਂਟ ਸੀ। ਮੈਂ ਇਹਨਾਂ ਨੂੰ ਕਿਹਾ ਵੀ, ਕਿਉਂਕਿ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇੱਕ 40 ਕਿਲੋ ਬੀਜ ਲਿਆ, ਇੱਕ ਮੈਂ 20 ਕਿਲੋ ਲਿਆ, 20 ਕਿਲੋ ਹੋਰ ਮੰਗਿਆ, 20-20 ਕਿਲੋ ਦਿੱਤਾ ਹੈ। ਮੈਂ ਇਕੱਲਾ ਬੀਜਿਆ ਉਹ, ਇਹਨਾਂ ਕੋਲ ਜਿਹੜਾ 826 ਲੈ ਕੇ ਆਉਂਦਾ ਉਹ ਮਗਰ ਉਹ ਕਾਲਾ ਹੀ ਹੋ ਗਿਆ ਸਾਰਾ। ਮੈਂ ਇਹਨਾਂ ਨੂੰ ਕਿਹਾ, ਕਹਿੰਦੇ ਨਹੀਂ ਇੱਦਾਂ ਨਹੀਂ ਹੋਏਗਾ। ਮੈਂ ਵੀ ਚੱਲ ਛੱਡਦਾ, ਮੈਂ ਕਿਹਾ ਚਲੋ ਨਹੀਂ ਛੱਡਿਆ, ਨਾ ਕਰੋ ਫਿਰ ਤੁਸੀਂ ਉਦੋਂ ਕੰਪਲੇਂਟ ਦੱਸੋ ਅਗਲੇ ਨੂੰ। ਬਿਲ ਤੇ ਲਿਆ ਸੀਗਾ, ਬਕਾਇਦਾ ਬਿਲ ਤੇ ਆਪਾਂ ਜਿਮੀਦਾਰਾਂ ਨੂੰ ਮਾਲ ਦਿੱਤਾ ਵਾ। ਉਹਦੇ ਵਿੱਚ ਇਹ ਆ ਵੀ 110 ਵਰਾਇਟੀ ਦੇ ਵਿੱਚ 126 ਬੀਜ ਦੀ ਥੋੜੀ ਮਿਕਸਿੰਗ ਆਈ ਆ। ਕੰਪਨੀ ਵਾਲੇ ਇਸ ਚੀਜ਼ ਨੂੰ ਮੰਨਦੇ ਆ, ਸਾਨੂੰ ਰਿਟਰਨ 'ਚ ਦੇ ਕੇ ਗਏ ਆ। ਕੰਪਨੀ ਵਾਲੇ ਅੱਜ ਆ ਵੀ ਰਹੇ ਆ ਅਤੇ ਉਹ ਜਿਮੀਦਾਰਾਂ ਦੇ ਰੂਬਰੂ ਕਰਾ ਦਿੰਦੇ ਆ। ਅਤੇ ਉਹ ਕੰਪਨੀ ਵਾਲੇ ਇਸ ਤੋਂ ਪਹਿਲਾਂ ਆਣ ਕੇ ਜਿਮੀਦਾਰਾਂ ਦੇ ਖੇਤਾਂ 'ਚ ਗਏ ਆ ਜੀ। ਖੇਤਾਂ 'ਚ ਸਾਰਾ ਉਹਨਾਂ ਨੇ ਦੇਖਿਆ ਗਿਆ ਵਾ, ਜਿਮੀਦਾਰਾਂ ਨੂੰ ਵੀ ਪਤਾ ਉਹਨਾਂ ਨੇ ਖੇਤਾਂ 'ਚ ਪਹੁੰਚੇ ਆ। ਅਤੇ ਉਸ ਤੋਂ ਬਾਅਦ ਉਹ ਲਿਖ ਕੇ ਲਿਆ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਆ। ਕੱਲ੍ਹ ਸੋਮਵਾਰ ਸੀਗਾ ਅਤੇ ਅੱਜ ਉਹ ਆ ਰਹੇ ਆ, ਦੱਸਣਗੇ ਜਿਮੀਦਾਰ ਨੂੰ ਕੀ ਹੁੰਦਾ ਕੀ ਨਹੀਂ, ਉਹਨਾਂ ਕੀ ਹਾਲ ਹੈ ਇਸ ਚੀਜ਼ ਦਾ ਜਿਹੜੀ ਮਿਕਸਿੰਗ ਆਈ ਆ। ਤਾਂ ਕਿਸਾਨਾਂ ਦਾ ਇਹ ਵੀ ਲੋਕਾਂ ਨੂੰ ਉਸ ਸਮੇਂ ਤੁਸੀਂ ਬਿੱਲ ਨਹੀਂ ਕਰ ਦਿੱਤਾ, ਅੱਜ ਉਹਨਾਂ ਨੂੰ ਕਈਆਂ ਨੂੰ ਨਹੀਂ ਨਹੀਂ ਦੱਸਿਆ ਗਿਆ ਜੀ। ਫਾਰਮਰ ਉਸ ਟਾਈਮ 'ਤੇ ਆ ਰਿਹਾ ਜੀ, ਬੀਜ ਦੇ ਦਿਓ, ਰਸ਼ ਹੁੰਦਾ ਜਿੱਦਾਂ ਅੱਜ ਰਸ਼ ਹੈ, ਚਲੋ ਬਾਬੇ ਦੀ ਕਿਰਪਾ, ਉਸ ਟਾਈਮ ਵੀ ਦੇ ਹੁੰਦਾ। ਫਾਰਮਰ ਸਾਨੂੰ ਇੰਨਾ ਦੇ ਦਿਓ ਜੀ, ਮੈਨੂੰ ਪ੍ਰੀਤ ਤੋਰ, ਮੈਨੂੰ ਤੋਰ, ਮੇਰਾ ਬਿੱਲ ਕੱਟ ਦਿਓ। ਚਲੋ ਅਸੀਂ ਕੁਝ ਬਿੱਲ ਕੱਟ ਲਈਦੇ ਆ, ਕੁਝ ਹੁਣ ਨਹੀਂ ਦਿਮਾਗ 'ਚ ਰਹਿੰਦਾ ਵੀ ਜਿਹੜੇ ਰਹਿ ਜਾਂਦੇ ਆ, ਉਸ ਤੋਂ ਪਤਾ ਹੁੰਦਾ ਵੀ ਇੰਨਾ ਬੀਜ ਵੇਚਿਆ ਵਾ, ਇੰਨਾ ਵੇਗਾ, ਇੰਨਾ ਪਿਆ ਵਾ। ਉਹ ਬਿੱਲ ਅਸੀਂ ਬਾਅਦ 'ਚੋਂ ਕੱਟ ਕੇ ਸਾਰੇ ਜਿੰਨੇ ਜ਼ਿਮੀਂਦਾਰਾਂ ਦੀ ਕੰਪਲੇਂਟ ਸੀ ਸਾਰਿਆਂ ਨੂੰ ਬਿੱਲ ਦੇ ਦਿੱਤੇ ਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਕੰਪਨੀ ਮੰਨ ਰਹੀ ਹੈ, ਹਾਂਜੀ ਹਾਂਜੀ, ਕੰਪਨੀ ਇਹ ਵੀ ਕੱਲ੍ਹ ਕਰੇਗੀ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਉਹ ਭਰਪਾਈ ਕਰੇਗੀ। ਕੰਪਨੀ ਵਾਲਿਆਂ ਦੀ ਮੇਰੇ ਕੋਲ ਬਕਾਇਦਾ ਰਿਕਾਰਡਿੰਗ ਪਈ ਆ, ਤੁਹਾਨੂੰ ਮੈਂ ਸੁਣਾ ਨਹੀਂ ਸਕਦਾ। ਉਹਨਾਂ ਨੇ ਇਹ ਕਿਹਾ ਜੀ, ਪ੍ਰੀਤ ਜੀ ਅਸੀਂ ਸਾਰੀ ਮੀਟਿੰਗ ਕੀਤੀ ਆ, ਉਹਦੇ ਵਿੱਚ ਇਸ ਟਾਈਮ ਅਸੀਂ ਕੁਝ ਨਹੀਂ ਕਹਿ ਸਕਦੇ, ਕਹਿੰਦੇ ਜਿਹੜੇ PR ਵਰਾਇਟੀ 126 ਵਿੱਚ ਮਿਕਸ ਆ ਉਹਦਾ ਤਾਂ 110 ਦਾ ਜਿਹੜਾ ਫਰਕ ਆ, ਤਾਂ ਇਹ 15 ਤੋਂ 20 ਦਿਨ ਲਾ ਲਓ ਵੱਧ ਤੋਂ ਵੱਧ, ਕਹਿੰਦੇ ਇੰਨਾ ਵਾ। 126 'ਚ ਹੁੰਦਾ ਜਿਹੜਾ ਜੀ ਪੱਕ ਕੇ ਕਰਦਾ ਨੀਗਾ, ਵਜਨ ਜ਼ਰੂਰ ਕੰਮ ਕਰੂਗਾ ਥੋੜ੍ਹਾ ਜਿਹਾ, ਵਜਨ ਘਟੂਗਾ ਉਹਦਾ, ਕਰਦਾ ਨੀਗਾ। ਕਟਿੰਗ 'ਤੇ ਕਹਿੰਦੇ ਜੋ ਝਾੜ ਦੇ ਔਸਤ ਆਊਗੀ ਏਰੀਏ ਦੇ ਵਿੱਚ, ਜੇ ਉਸ ਤੋਂ ਘੱਟ ਘੱਟਦਾ ਤਾਂ ਅਸੀਂ ਬੈਠੇ ਹਾਂ ਕੰਪਨੀ ਵਾਲਿਆਂ ਦਾ, ਇਹ ਬਿਆਨ ਸੀਗਾ ਕੱਲ੍ਹ ਸਾਡੇ ਨਾਲ। ਅਤੇ ਹੁਣ ਕੰਪਨੀ ਵਾਲੇ ਆ ਰਹੇ ਆ, ਬਾਕੀ ਉਹਨਾਂ ਦੀ ਤੁਸੀਂ ਗੱਲਬਾਤ ਕਰਕੇ ਤੁਹਾਨੂੰ ਦੱਸ ਦਿਓ। ਪਰ ਤੁਹਾਡੇ ਜੋ ਰੋਪ ਲੱਗ ਰਹੇ ਆ ਅੱਗੇ ਵੀ, ਜਿਹੜਾ ਤੁਸੀਂ ਬੀਜ ਵਗੈਰਾ ਦਿੰਦੇ ਹੋ ਅਤੇ ਉਹਦੇ ਵਿੱਚ ਵੀ ਜਿਹੜਾ ਵਾ ਡੁਪਲੀਕੇਟ ਦਿੱਤੇ ਜਾਂਦੇ, ਇਸ ਤਰ੍ਹਾਂ ਹੁੰਦੀ ਆ ਤੇ ਜਿਵੇਂ ਖੜੇ ਸੀ, ਇਹ ਕਹਿਣਾ ਸੀ ਮੈਂ ਤੁਹਾਡੀ ਗੱਲ ਨਾਲ। ਉਹਦੇ ਵਿੱਚ ਇੱਦਾਂ ਆਉਣਾ ਜੀ, ਕੰਪਨੀਆਂ ਜਿਹੜੀਆਂ ਆਪਾਂ ਬ੍ਰਾਂਡਡ ਕੰਪਨੀਆਂ ਨਾਲ ਕੰਮ ਕਰੀਦਾ ਜੀ, ਜਿਨ੍ਹਾਂ ਦਾ ਨਾਮ ਆ ਅਤੇ ਬਿੱਲ 'ਤੇ ਮਾਲ ਲਈਦਾ, ਬਿੱਲ 'ਤੇ ਵੇਚੀਦਾ। ਹੁਣ ਬੰਦ ਸੀਲ ਮਾਲ ਲਈਦਾ ਜੀ, ਉਹਦੇ ਵਿੱਚ ਕੰਪਨੀ ਕੀ ਭਰ ਕੇ ਦੇ ਦੇਵੇ, ਅਸੀਂ ਤਾਂ ਉਹ ਬੋਰੇ ਦੇ ਉੱਤੇ ਪੜ੍ਹ ਲੈਣਾ ਜਾਂ ਬਿੱਲ 'ਚ ਪੜ੍ਹ ਲੈਣਾ ਉਹਦੇ ਵਿੱਚ ਕੀ ਨਿਕਲੇਗਾ, ਇਹ ਬੋਕੇ ਉਦੋਂ ਫਸਲ ਕੱਟਣ 'ਤੇ ਪਤਾ ਲੱਗਦਾ ਵੀ ਕੀ ਉਹਦੇ ਵਿੱਚ ਹੈਗਾ, ਹੈ ਨਾ। ਉਹਦੇ ਵਿੱਚ ਚਲੋ ਫਾਰਮਰ ਨੇ ਜਿਹੜੀ ਤੁਹਾਨੂੰ ਦੱਸਿਆ ਵੀ ਕਣਕ ਦੇ ਵਿੱਚ ਦਿੱਕਤ ਆਈ ਆ, ਕਣਕ ਜਦੋਂ ਪੱਕਦੀ ਸੀ ਉਸ ਟਾਈਮ ਤੁਹਾਨੂੰ ਦੱਸ ਸਕਦੇ ਜੀ, ਵੱਢਣ ਤੋਂ ਬਾਅਦ ਦੱਸ ਰਹੇ ਆ, ਉਹਦੇ ਵਿੱਚ ਮੈਂ ਕੀ ਕਰ ਸਕਦਾ। ਉਸ ਟਾਈਮ ਮੈਂ ਕੰਪਨੀ ਨੂੰ ਕਹਿੰਦਾ ਵੀ ਭਾਈ ਆ ਕੇ ਦੇਖੋ ਆਹ ਦਿੱਕਤ ਆਈ ਆ, ਹੈ ਜਿੱਦਾਂ ਇਸ ਟਾਈਮ ਚਲੋ ਮੌਕੇ 'ਤੇ ਪ੍ਰੋਬਲਮ ਆਈ ਆ, ਸਾਰੇ ਜ਼ਿਮੀਂਦਾਰ ਆਏ ਆ, ਆਪਾਂ ਇਸ ਟਾਈਮ ਖੜ੍ਹੇ ਹਾਂ, ਆਪਾਂ ਭਾਈ ਦਿਨ ਇੱਥੋਂ ਦੁਕਾਨ 'ਤੇ ਹਾਂ, ਜ਼ਿਮੀਂਦਾਰਾਂ ਦੇ ਨਾਲ ਖੜ੍ਹੇ ਹਾਂ, ਅੱਗੇ ਵੀ ਖੜ੍ਹੇ ਰਹਾਂਗੇ। ਅੱਜ ਅਸੀਂ ਪਹੁੰਚੇ ਸੀਗੇ ਜੀ ਪ੍ਰੀਤ ਸੀਡ ਸਟੋਰ, ਜੋ ਕਿ ਦਾਣਾ ਮੰਡੀ ਦੇ ਵਿੱਚ 5 ਨੰਬਰ ਦੀ ਦੁਕਾਨ ਆ। ਇੱਥੇ ਲਗਭਗ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਵਿੱਚ ਨਵਾਂ ਪਿੰਡ ਅਟਨਾ ਵਾਲੀ, ਮਿੱਠੜਾ, ਕਾਂਜਲੀ, ਬੂਟਾਂ, ਧੰਮਾ, ਕੋਠੇ ਕਾਲਾ ਸਿੰਘ ਅਤੇ ਫਿਆਲੀ ਜਾਂ ਇੱਕ ਦੋ ਪਿੰਡ ਹੋਰ ਵੀ ਆ, ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੀੜਿਤ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਕਿ ਇਹਨਾਂ ਨੇ 110
ਜਿਹੜਾ ਬੀ ਏ ਝੋਨੇ ਦਾ ਉਹ ਕਹਿ ਕੇ ਇਸ ਦੁਕਾਨ ਤੋਂ ਖਰੀਦਿਆ ਸੀਗਾ ਜੋ ਕਿ ਸ਼੍ਰੀ ਰਾਮ ਕੰਪਨੀ ਦਾ ਏ। ਪਰ ਜਦੋਂ ਹੁਣ ਸਾਰੀਆਂ ਪਾਣੀ ਲੱਗ ਚੁੱਕੇ ਨੇ, ਉਹਨਾਂ ਨੂੰ ਖਾਦਾਂ ਪੈ ਚੁੱਕੀਆਂ ਨੇ, ਦਵਾਈਆਂ ਪੈ ਚੁੱਕੀਆਂ ਨੇ, ਕਿਸਾਨ ਦਾ ਖਰਚਾ ਹੋ ਚੁੱਕਿਆ ਏ। ਪਰ ਅੱਜ ਹਾਲਾਤ ਇਹ ਨੇ ਕਿ ਜਦੋਂ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਕਿ ਜਿਹੜੇ ਸੈਂਪਲ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਜਾਂ ਜਿੱਥੇ ਮੌਜੂਦਾ ਨਾਲ ਵੀ ਲੈ ਕੇ ਆਏ ਹਾਂ ਕਿ ਅੱਧਾ ਝੋਨਾ, ਲਗਭਗ 45-50% ਝੋਨਾ ਜਿਹੜਾ ਹੈਗਾ ਉਹ ਪੱਕ ਚੁੱਕਿਆ ਏ, ਬਾਕੀ ਅੱਧਾ ਝੋਨਾ ਜਿਹੜਾ ਹੈਗਾ ਉਹ ਹਜੇ ਕੱਚਾ ਹੀ ਖੜਾ ਏ। ਉਹ ਕਾਰਨ ਕੀ ਏ, ਤੁਸੀਂ ਆਹ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਝੋਨਾ ਏ ਉਹ ਉਸੇ ਤਰ੍ਹਾਂ ਹੀ ਖੜਾ ਏ, ਹੈ ਨਾ। ਅਤੇ ਇਹ ਜਿਹੜਾ ਬੀ ਏ, ਇਹ ਮਿਕਸ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੰਪਲੇਂਟਾਂ ਅਸੀਂ ਕਰ ਰਹੇ ਹਾਂ, ਚਾਹੇ ਉਹ ਮਾਲਵੇ ਦੀ ਗੱਲ ਹੋਵੇ, ਚਾਹੇ ਮਾਝੇ ਦੀ ਗੱਲ ਹੋਵੇ, ਚਾਹੇ ਦੁਆਬੇ ਏਰੀਏ ਦੀ ਗੱਲ ਹੋਵੇ। ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ, ਖੇਤੀਬਾੜੀ ਮਹਿਕਮਾ ਜਾਂ ਸਰਕਾਰਾਂ ਮੰਤਰੀਆਂ ਤੱਕ, ਜਿੱਦਾਂ ਪਿਛੇ ਅਕਾਲੀ ਆਪਣੀ ਸਰਕਾਰ ਦੇ ਵਿੱਚ ਸੀਗਾ ਨਾ ਤੋਤਾ ਸਿੰਘ ਮੰਤਰੀ, ਜਿਹੜਾ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ, ਅਤੇ ਕਰੋੜਾਂ ਰੁਪਏ ਦਾ ਘਪਲਾ ਜਾਂ ਅਰਬਾਂ ਰੁਪਈਆਂ ਦਾ ਘਪਲਾ ਜਿਹੜਾ ਬੀ ਦੇ ਵਿੱਚ ਨਿਕਲਿਆ ਸੀ, ਹਾਲਾਤ ਅੱਜ ਵੀ ਉਹੀ ਨੇ। ਸਰਕਾਰਾਂ ਬਦਲੀਆਂ ਨੇ, ਸਿਰਫ ਲੋਗੋ ਚੇਂਜ ਹੋਏ ਨੇ, ਹਾਲਾਤ ਪ੍ਰਣਾਲਾ ਉੱਥੇ ਦਾ ਉੱਥੇ ਹੀ ਖੜਾ ਹੈ। ਇਹਦੇ ਵਿੱਚ ਜਦੋਂ ਅਸੀਂ ਸੰਬੰਧਿਤ ਦੁਕਾਨਦਾਰ ਕੋਲੋਂ ਅੱਜ ਬੀ ਮੰਗੇ, ਸੋਰੀ ਬਿੱਲ ਮੰਗੇ ਉਹਨਾਂ ਬੀਆਂ ਦੇ, ਅਤੇ ਦੁਕਾਨਦਾਰ ਵੱਲੋਂ ਤੁਸੀਂ ਦੇਖ ਸਕਦੇ ਕਿ ਪੁਰਾਣੀਆਂ ਡੇਟਾਂ ਦੇ ਵਿੱਚ, ਇਹ ਵੀ ਇੱਕ ਬਹੁਤ ਵੱਡਾ ਘਪਲਾ ਹੈ ਕਿ ਪੁਰਾਣੀਆਂ ਡੇਟਾਂ ਦੇ ਵਿੱਚ ਬੀ ਜਿਹੜੇ ਆਪਣੇ ਬੀਆਂ ਦੇ ਜਿਹੜੇ ਬਿੱਲ ਕੱਟੇ ਜਾਂਦੇ ਨੇ, ਅਤੇ ਜਿੱਥੇ ਤੁਸੀਂ ਗ੍ਰਾਹਕ ਦੇ ਸਾਈਨ ਆਉਣੇ ਨੇ ਉੱਥੇ ਦੁਕਾਨਦਾਰ ਵੱਲੋਂ ਆਪ ਸਾਈਨ ਕੀਤੇ ਜਾਂਦੇ ਨੇ। ਇਹ ਵੀ ਇੱਕ ਫਰਜ਼ੀਵਾੜਾ ਹੋ ਰਿਹਾ ਜਿਹੜੀ 420 ਹੋ ਰਹੀ ਹੈ। ਸੋ ਅਸੀਂ ਜਿਹੜੇ ਸਾਡੇ ਕਪੂਰਥਲੇ ਦੇ ਇੱਥੋਂ ਦੇ ਚੀਫ ਨੇ, ਖੇਤੀਬਾੜੀ ਅਫਸਰ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ। ਪਰ ਅਸੀਂ ਕਿਸਾਨ ਵੀਰਾਂ ਨੂੰ ਵੀ ਲਗਭਗ 2-3 ਸਾਲ ਤੋਂ ਲਗਾਤਾਰ ਵੀਡੀਓ ਜ਼ਰੀਏ ਜਾਂ ਪ੍ਰੈਸ ਜ਼ਰੀਏ ਅਸੀਂ ਇਹ ਸੁਚੇਤ ਕਰ ਰਹੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦਣੀ ਹੈ, ਕੋਈ ਵੀ ਤੁਸੀਂ ਬੀ ਖਰੀਦਣਾ ਹੈ, ਉਹ ਤੁਸੀਂ ਪੱਕੇ ਬਿੱਲਾਂ ਦੇ ਉੱਪਰ ਖਰੀਦੋ, ਇਹ ਪ੍ਰੋਬਲਮ ਜਿਹੜੀਆਂ ਕ੍ਰੀਏਟ ਨਾ ਹੋਣ, ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਜਾਂ ਖੇਤੀਬਾੜੀ ਮਹਿਕਮਾ ਇਹ ਆਪਣੀ ਦੁਕਾਨਦਾਰ ਮੋਟੀਆਂ ਕਮਾਈਆਂ ਕਰਦੇ ਨੇ, ਮੋਟੀਆਂ ਪ੍ਰਾਪਰਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ, ਅਤੇ ਜਿਹੜੀਆਂ ਇਹਨਾਂ ਦੀ ਹਿੱਸੇਦਾਰੀ ਹੈ ਉਹ ਸਰਕਾਰਾਂ ਦੀ ਵੀ ਹਿੱਸੇਦਾਰੀ ਹੈ ਅਤੇ ਦੁਕਾਨ ਆਪਣੇ ਖੇਤੀਬਾੜੀ ਡਿਪਾਰਟਮੈਂਟ ਦੀ ਵੀ ਹਿੱਸੇਦਾਰੀ ਹੈ। ਸੋ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਕਿ ਸੰਬੰਧਿਤ ਦੁਕਾਨਦਾਰਾਂ ਉੱਪਰ, ਸੰਬੰਧਿਤ ਆਪਣੀਆਂ ਕੰਪਨੀਆਂ ਉੱਪਰ, ਅਤੇ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਰੋਕਿਆ ਅੱਜ ਤੱਕ, ਇਹਨਾਂ ਦੀ ਕਦੀ ਚੈਕਿੰਗ ਨਹੀਂ ਹੋਈ, ਕਦੀ ਸੈਂਪਲ ਨਹੀਂ ਭਰੇ ਗਏ, ਚੰਦ ਪੈਸਿਆਂ ਦੇ ਬਦਲੇ ਜੋ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹਨੂੰ ਬਰਬਾਦ ਕੀਤਾ ਜਾਂਦਾ ਹੈ, ਕਿਉਂਕਿ ਪੰਜਾਬ ਦਾ ਕਿਸਾਨ ਅੱਜ ਧਰਨੇ ਮੁਜ਼ਾਹਰੇ ਲਾਉਣ ਦੇ ਲਈ ਮਜਬੂਰ ਹੈ, ਇਹਨਾਂ ਸਾਰਿਆਂ ਦੇ ਉੱਤੇ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਅਗਲੀ ਜਿਹੜੀ ਵੀ ਕਾਰਵਾਈ ਹੋਊ ਉਹਦੇ ਬਾਰੇ ਤੁਹਾਨੂੰ ਸੂਚਿਤ ਕਰਦਾ ਹਾਂ। ਤੁਸੀਂ ਮਾਮਲਾ ਜੀ ਖੇਤੀਬਾੜੀ ਨਾਲ, ਇਹਨਾਂ ਕੋਲ ਬੀਜ ਖੜੇ ਸਾਰੇ ਜ਼ਿਮੀਂਦਾਰ ਨੇ, ਆਪਣੇ ਸ਼੍ਰੀ ਰਾਮ ਦਾ ਬੀਜ ਖੜਿਆ ਸੀ ਤਕਰੀਬਨ 50% ਉਹਦੇ 'ਚ ਰਲਾ ਡੁਪਲੀਕੇਟ ਬੀਜ ਹੈ, ਵਿਧਾ ਨਿਸਰਿਆ ਅੱਧਾ ਅੱਜ ਤਾਈਂ ਨਿਸਰਨਾ, ਇਹਦਾ ਕੋਈ ਨਾਂ ਨਹੀਂ ਲਿਆ ਇਹਨੇ, ਇਸ ਕਰਕੇ ਜ਼ਿਮੀਂਦਾਰ ਸਾਰੇ ਇਕੱਠੇ ਹੋਏ ਆ ਜਿਹਨਾਂ ਜਿਹਨਾਂ ਬੀਜ ਖੜਿਆ ਇੱਥੇ। ਕਦੋਂ ਲਏ ਗਏ ਸੀਗੇ? ਡੁਪਲੀਕੇਟ ਬੀਜ ਹੈ, ਅਜੇ ਨਿਸਰੀ ਵੀ ਜਾਂਦਾ ਵਿੱਚ ਨਿਸਰਦਾ ਵੀ ਹੈ, ਹੁਣ ਇਹ ਨੀ ਪਤਾ ਦਾਸ ਵਾ ਕੇ ਕਿਹੜਾ ਵਾ, ਕੋਈ ਬੀਜ ਦਾ ਹਿਸਾਬ ਨੀ ਲੱਗਿਆ ਇਹਦਾ। ਹੁਣ ਦੁਕਾਨਦਾਰ ਗੱਲਬਾਤ ਚੱਲਦੀ ਹੈ ਜੀ, ਵੇਖੋ ਮਹੀਨਾ ਚੱਲ ਪਿਆ ਤੇ ਝੋਨਾ ਜਦੋਂ ਵੇਲੋ ਅਸੀਂ ਝੋਨੇ ਲਾਇਆ ਜਦੋਂ ਉਦੋਂ ਬੀਜਿਆ ਜਦੋਂ ਬੀਜੀ ਉਦੋਂ ਦੇ ਵੇਲੋ ਹੁਣ ਇਹਨੇ ਸਾਨੂੰ ਬਿੱਲ ਦਿੱਤੇ ਆ ਤੇ ਇਹ ਕਹਿੰਦਾ ਤੁਹਾਡੀ ਮਰਜ਼ੀ, ਅਸੀਂ ਤੇ ਵਿਸ਼ਵਾਸ ਨਾ ਅਸੀਂ ਬਿੱਲ ਛੱਡ ਕੇ ਗਏ ਉਹਦੇ ਇਹਨਾਂ
ਯਾਦ ਹੋਵੇ ਸਾਨੂੰ ਪਤਾ ਹੁੰਦਾ ਕਿ ਹਾਂ ਵੀ ਆਹ ਰਲਾ ਨਿਕਲਣਾ ਜਾਂ ਕੁਛ ਨਿਕਲਣਾ ਤਾਂ ਫਿਰ ਉਸ ਹਿਸਾਬ ਨਾਲ ਕਰਦੇ। ਤੁਸੀਂ ਡੁਪਲੀਕੇਟ ਕਹਿ ਰਹੇ ਹੋ, ਇਹਦੇ ਵਿੱਚ ਕਸੂਰਵਾਰ ਕੌਣ ਆ? ਦੁਕਾਨਦਾਰ ਦੁਕਾਨਦਾਰ ਹੀ ਹੈ ਜੀ, ਅਸੀਂ ਦੁਕਾਨਦਾਰ ਨੂੰ ਜਾਣਦੇ ਜੀ, ਅਸੀਂ ਕੰਪਨੀ ਨੂੰ ਥੋੜ੍ਹਾ ਜਾਣਦੇ। ਜੇ ਕਹਿਣਗੇ ਸ਼੍ਰੀ ਰਾਮ ਕੰਪਨੀ ਕੋਲ ਕਿਸੇ ਕੋਲ ਜਾਣਾ ਹਨਾ, ਅਸੀਂ ਕੰਪਨੀ ਨੂੰ ਨਹੀਂ ਜਾਣਦੇ, ਅਸੀਂ ਦੁਕਾਨਦਾਰ ਨੂੰ ਜਾਣਦੇ ਜੀ। ਅੱਗੇ ਵੀ ਲੈ ਕੇ ਜਾਈਦਾ ਜੀ, ਅੱਗੇ ਕਦੀ ਇਹ ਪ੍ਰੋਬਲਮ ਨਹੀਂ ਆਈ। ਐਤਕੀ ਪਹਿਲੀ ਵਾਰੀ ਇੱਦਾਂ ਹੋਇਆ ਸਾਡੇ ਨਾਲ ਕਿ ਮਤਲਬ 80 ਕਿੱਲੇ ਆਈ ਸਾਰਿਆਂ ਦੇ, ਸਾਡੇ 80 ਕਿੱਲੇ ਸਾਡੇ ਪਰਿਵਾਰ ਦੇ। ਅਤੇ ਤੁਸੀਂ ਹਿਸਾਬ ਲਾ ਲਓ ਜੀ, ਮਤਲਬ ਸਾਰਿਆਂ ਦੇ ਵਿੱਚ ਬੀਜ ਇੰਨਾ ਰਲਿਆ ਜੀ, ਅੱਧੋ ਅੱਧ ਦਾ ਇੱਕ ਕਿੱਲੇ ਦੇ ਵਿੱਚ ਜੇ ਲਾਈਏ ਤਾਂ 50% ਬੀਜ ਇੱਦਾਂ ਦਾ ਵਾ ਰਲਿਆ ਹੋਇਆ। ਉਹ ਜਿਹੜਾ ਵਾ ਜੀ ਬੀਜ, ਉਹਨੂੰ ਅਸੀਂ ਨਾ ਕੋਈ ਸਪਰੇਅ ਕਰਨ ਜੋਗੇ ਹਾਂ, ਨਾ ਕੋਈ ਉਹਨੂੰ ਚਾਹੀਦਾ ਕੋਈ ਹੋਰ ਉਹਦੀ ਦੇਖਭਾਲ ਕਰਨ ਜੋਗੇ ਹਾਂ। ਸਾਨੂੰ ਖੇਤ ਵੱਲ ਜਾਣ ਨੂੰ ਸਾਡਾ ਜੀ ਨਹੀਂ ਕਰਨ ਡਿਆ। ਸਾਡੀ ਮੰਗ ਇਹ ਆ ਜੀ, ਸਾਨੂੰ ਸਾਡੇ ਜਿਹੜੇ ਮਤਲਬ ਜੋ ਜਿੰਨਾ ਸਾਡਾ ਝੋਨਾ ਜਿੰਨੇ ਦਾ ਨਿਕਲਣਾ, ਅਸੀਂ ਇਹਨਾਂ ਨੂੰ ਇਹੀ ਮੰਗ ਕਰਦੇ ਹਾਂ ਕਿ ਸਾਨੂੰ 80,000 ਰੁਪਇਆ ਹਿਸਾਬ ਨਾਲ ਸਾਨੂੰ ਕਿੱਲੇ ਦਾ 2 ਆਪਦੀਆਂ ਮਸ਼ੀਨਾਂ ਲਿਆਓ, ਆਪਦਾ ਝੋਨਾ ਵੱਢ ਕੇ ਗਾਂਹ ਜਾਓ, ਸਾਨੂੰ 80,000 ਰੁਪਇਆ ਹਿਸਾਬ ਨਾਲ।